ਲੰਬੇ ਸਮੇਂ ਤੋਂ ਜਲੰਧਰ ਦੇ ਬਿਸ਼ਪ ਮੁਲੱਕਲ ਦੇ ਉੱਤੇ ਇੱਕ ਨਨ ਵੱਲੋਂ ਕਾਫੀ ਸੰਗੀ ਆਰੋਪ ਲਗਾਏ ਜਾ ਰਹੇ ਨੇ, ਜਬਰ ਜਨਾਹ ਦੇ ਆਰੋਪ ਲਗਾਏ ਜਾ ਰਹੇ ਨੇ। ਇਸ ਟਾਈਮ ਸਾਡੇ ਨਾਲ ਬਿਸ਼ਪ ਮੁਲੱਕਲ ਇਸ ਟਾਈਮ ਸਾਡੇ ਨਾਲ ਨੇ, ਅਸੀਂ ਉਹਨਾਂ ਤੋਂ ਪੁੱਛਦੇ ਨੇ ਕਿ ਇਹਨਾਂ ਦੇ ਉੱਤੇ ਜਿਹੜੇ ਆਰੋਪ ਲਗਾਏ ਜਾ ਰਹੇ ਨੇ ਬਿਸ਼ਪ ਮੁਲੱਕਲ, ਸਰ ਕਿੰਨੇ ਸਹੀ ਨੇ ਔਰ ਤੁਹਾਡਾ ਕੀ ਕਹਿਣਾ ਇਸ ਬਾਰੇ ਕਿ ਕਿਉਂ ਤੁਹਾਡੇ ਉੱਤੇ ਆਰੋਪ ਲਗਾਏ ਗਏ ਨਨ ਬਾਰੇ ਕਿ ਤੁਹਾਡੇ ਨਾਲ ਜਬਰ ਜਨਾਹ ਕੀਤਾ ਤੁਸੀਂ ਉਹਨਾਂ? ਨੰਬਰ 1, ਇਹ 100% ਝੂਠ ਹੈ। ਤਾਂ ਕਿਉਂ ਐਸਾ ਇੱਕ ਆਰੋਪ ਲਗਾਇਆ ਹੈ? ਇਹ ਬਦਲਾ ਹੈ। 2016 ਮੈਂ ਸਿਸਟਰ ਕੇ ਉੱਪਰ ਜੋ ਆਰੋਪ ਆਇਆ ਥਾ, ਐਸੇ ਜੈਸੇ ਮੇਰੇ ਉੱਪਰ ਉਹ ਖੁਦ ਲਗਾਈ ਹੈ, ਐਸੇ ਕਿ ਇੱਕ ਪਰਿਵਾਰ ਕੋ ਤੋੜਨੇ ਕਾ, ਉਸਕਾ ਘਰਵਾਲੀ ਕਾ ਘਰਵਾਲੀ ਕੇ ਸਾਥ ਗਲਤ ਸੰਬੰਧ ਰੱਖਣੇ ਕਾ ਜੋ ਆਰੋਪ ਆਇਆ, ਔਰ ਉਸਕਾ ਹਸਬੈਂਡ ਇੱਥੋਂ ਤੱਕ ਸੁਸਾਈਡ ਕਰਨ ਤੱਕ ਤਿਆਰ ਹੋਇਆ ਸੀ, ਔਰ ਉਸ ਦੁੱਖ ਮੈਂ ਉਹ ਔਰਤ ਹਮਾਰੇ ਪਾਸ ਕੰਪਲੇਂਟ ਲੈ ਕੇ ਆਈ, ਕਿਆ ਹਮ ਉਸਕੋ ਡੀਲ ਨਹੀਂ ਕਰਨਾ? ਜਬ ਇਹ ਕੰਪਲੇਂਟ ਕੇ ਬਾਰੇ ਮਿਸ਼ਨਰੀਸ ਆਫ ਜੀਸਸ ਕੇ ਮਦਰ ਜਨਰਲ ਮੇਰੇ ਕੋਲ ਆਈ, ਮੈਂ ਨਿਆਂ ਦੇਣ ਲਈ ਮੈਂ ਇਹ ਉਪਦੇਸ਼ ਦਿੱਤਾ, ਸਲਾਹ ਦਿੱਤੀ ਕਿ ਤੁਸੀਂ ਇਸ ਦਾ ਇੰਕੁਆਇਰੀ ਕਰੋ, ਕਿਉਂਕਿ ਇਹ ਔਰਤ ਆਪਣਾ ਡਿਸਪਰੇਸ਼ਨ ਦੇ ਵਿੱਚ, ਆਪਣਾ ਦੁੱਖ ਦੇ ਵਿੱਚ ਇਹ ਦੱਸਿਆ ਸੀਗਾ, ਅਗਰ ਮੈਨੂੰ ਇਨਸਾਫ ਨਹੀਂ ਮਿਲਿਆ ਮੈਂ ਮੀਡੀਆ ਮੈਂ ਜਾਊਂਗਾ। ਪਰ ਇੱਕ ਪਰਿਵਾਰ ਕੀ, ਇੱਕ ਔਰਤ ਆਪਣਾ ਪਰਿਵਾਰ ਕੋ ਬਚਾਨੇ ਕੇ ਲੀਏ ਰੋ ਕੇ ਸਾਡੇ ਕੋਲ ਆਏ ਕਿ ਹਮ ਉਸਕੋ ਕਵਰ ਅਪ ਕਰਨਾ ਹੈ, ਇਹ ਚਰਚ ਕਾ ਕੰਮ ਨਹੀਂ। ਤੋ ਇਸ ਲਈ ਮੈਂ ਆਪਣਾ ਡਿਊਟੀ ਮੇਰੇ ਕੋਲ ਉਹਨਾਂ ਨੇ ਸਲਾਹ ਲੈ ਲਿਆ ਸੀ, ਅਤੇ ਮੈਂ ਮੇਰੀ ਸਲਾਹ ਦੇ ਦਿੱਤਾ। ਜਿਸ ਦਿਨ ਤੋਂ ਮੈਂ ਉਹਨਾਂ ਦਾ ਉਸਦਾ ਟਾਰਗੇਟ ਬਣ ਗਿਆ, ਔਰ ਮੇਰਾ ਬਦਨਾਮ ਕਰਨ ਦੇ ਲਈ ਔਰ ਮੈਨੂੰ ਫਸਾਉਣ ਦੇ ਲਈ ਇਹ ਕਾਨੂੰਨ ਦਾ ਦੁਰਉਪਯੋਗ ਕਰਕੇ ਇਹ ਆਰੋਪ ਮੇਰੇ ਉੱਪਰ ਲਗਾਇਆ ਹੈ। ਖੁਦਾ ਦੇ ਸਾਹਮਣੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਦੇ ਬਾਰੇ ਸੱਚਾਈ ਸਿਰਫ ਅਸੀਂ ਟੀਮ ਜਾਣਦੇ ਵੀ ਜਾਣ ਉਹ ਆਰੋਪ ਲੈ। ਮੈਂ ਬੋਲਤਾ ਹੂੰ ਕਿ ਮੈਂ ਸਿਰਫ ਇਹ ਸਿਸਟਰ ਦੇ ਸਾਹਮਣੇ ਔਰ ਕਦੀ ਕਦੀ ਕਿਸੇ ਦੇ ਸਾਹਮਣੇ ਕਿਸੇ ਕਿਸੇ ਗਲਤ ਜਵਾਬ ਨਹੀਂ ਕੀਤਾ, ਔਰ ਖੁਦਾ ਵੀ ਜਾਣਦਾ ਹੈ। ਕੇਰਲਾ ਪੁਲਿਸ ਜਾਂਚ ਕਰ ਰਹੇ ਨੇ, ਰਿਪੋਰਟ ਆਉਣੇ ਦਿਓ, ਉਸਦੇ ਬਾਅਦ ਜੋ ਬਣਦਾ ਹੈ ਉਹ ਸਵੀਕਾਰ ਕਰ। ਬਿਸ਼ਪ ਹੋਰ ਵੀ ਕੋਈ ਆਰੋਪ ਲਗਾ ਸਕਦੀ ਸੀ, ਇਹੀ ਆਰੋਪ ਤੁਹਾਡੀ ਕੀ ਸਮਝ ਆ ਰਿਹਾ, ਇਹੀ ਜਬਰਨਾ ਵਾਲਾ ਆਰੋਪ ਕਿਉਂ ਲਗਾ ਰਹੀ ਹੈ? ਕਿਉਂਕਿ ਰਿਟਾਲੀਏਸ਼ਨ ਕੇ ਲੀ ਜਬ ਕਿਸੇ ਨੇ ਸਲਾਹ ਦਿੱਤਾ ਹੋਗਾ, ਕਿਉਂਕਿ ਇਹ ਕੇਸ ਮੈਂ ਫਸਾਉਣਾ ਸੌਖਾ ਹੈ, ਕਿਉਂਕਿ ਲੇਡੀ ਕਾ ਬਿਆਨ 100% ਐਵੀਡੈਂਸ ਹੈ। ਤੋ ਇਸ ਕਰਕੇ ਕਿਸੇ ਨੇ ਮੈਨੂੰ ਆਈਡੀਆ ਦਿੱਤਾ ਹੋਗਾ ਕਿ ਤੁਸੀਂ ਇਹੀ ਲਗਾਓ ਤਾਂ ਤੁਸੀਂ ਬਚਾਓਗੇ। ਸਰ ਤੁਸੀਂ ਇੱਕ ਵਾਰ ਵਾਰ ਇਹ ਵੀ ਕਹਿ ਰਹੇ, ਪਹਿਲਾਂ ਵੀ ਇੱਕ ਪੁਆਇੰਟ ਬੜੀ ਆਏ ਸੀ ਕਿ ਵਿਰੋਧੀ ਜੋ ਵਿਰੋਧੀ ਹੈ ਤੁਹਾਡਾ ਓਪੋਨੈਂਟਸ ਜਿਹੜੇ ਹੈਗੇ ਨੇ ਵਿਰੋਧੀ, ਉਹ ਇਹਦੇ ਉੱਤੇ ਪੋਲੀਟਿਕਸ ਕਰ ਰਹੇ ਨੇ, ਪੋਲੀਟਿਕਸ ਕਰਕੇ ਤੁਹਾਨੂੰ ਫਸਾਇਆ ਜਾ ਰਿਹਾ। ਸਰ ਉਹ ਵਿਰੋਧੀ ਕੌਣ ਨੇ? ਉਹ ਮੇਰੇ ਖਿਆਲ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਹਾਂ, ਪਰ ਕਈ ਲੋਕ ਸਾਡੇ ਇੱਥੋਂ ਦੇ ਮਤਲਬ ਸਾਡੇ ਅੰਦਰੋਂ 4-5 ਲੋਕ ਮੀਡੀਆ ਦੇ ਵਿੱਚ ਆ ਕੇ ਮੇਰੇ ਵਰਕਲਾਸ ਬੋਲਾ ਹੈ। ਸੋ ਔਰ ਉਹਨਾਂ ਦੇ ਪਿੱਛੇ ਕੌਣ ਕੌਣ ਹੈ, ਇਹ ਸਾਜਿਸ਼ ਕਿਆ ਹੈ, ਕੋਂਸਪਿਰੇਸੀ ਕੀ ਹੈ, ਇਹ ਸਭ ਮੇਰੇ ਕਹਿ ਕੇਰਲਾ ਪੁਲਿਸ ਅਭੀ ਜੋ ਜਾਂਚ ਕਰ ਰਹੇ ਨੇ ਉਹਨਾਂ ਦਾ ਕੰਮ ਹੈ, ਉਹ ਦੇਖਣੇ ਦਿਓ। ਮੈਂ ਤਾਂ ਅਸਲੀ ਵਿਕਟੀਮ ਮੈਂ ਖੁਦ ਹਾਂ, ਤੋ ਇਸ ਲਈ ਸਾਰੇ ਲੋਕ ਮੇਰੇ ਲਈ ਦੁਆ ਕਰ, ਗੁਰਦੁਆਰਾ ਮੈਂ ਮੰਦਰੋਂ ਮੈਂ ਮਸਜਿਦ ਮੈਂ ਚਰਚਸ ਮੈਂ ਲੋਕ ਦੁਆ ਕਰ ਰਹੇ, ਕਿਉਂਕਿ ਉਹ ਮੈਨੂੰ ਜਾਣਦਾ ਹੈ ਕਿ ਇਹ ਝੂਠਾ ਇਲਜ਼ਾਮ ਹੈ ਕਿ ਕੋਈ ਵੀ ਇਹ ਸੋਚ ਨਹੀਂ ਸਕਦਾ ਤੇਰਾ ਬਾਰ ਤੇਰੀ 13 times ਕੋਈ ਕੰਪਲੇਂਟ ਦੇ ਦਿਆ, ਇਤਨਾ ਸਮਾਂ ਸਭੀ ਕੋ ਪਤਾ ਲੱਗਤਾ ਹੈ ਕਿ ਝੂਠਾ। ਸਰ ਇਹ ਪਿੱਛੇ ਕੇਰਲਾ ਪੁਲਿਸ ਵੀ ਹੁਕੇ ਗਈ ਹੈ ਕਾਫੀ ਦਿਨ ਪਹਿਲੇ, ਤੋ ਆਪਣੀ ਇਨਵੈਸਟੀਗੇਸ਼ਨ ਨੂੰ ਪੂਰਾ ਸਹਿਯੋਗ ਦਿਆ ਥਾ, ਥੋੜ੍ਹਾ ਲੇਟ ਵੀ ਆਇਆ ਥਾ ਪਰ ਸਹਿਯੋਗ ਆਪਣੇ ਪੂਰਾ ਦਿਆ ਥਾ 8 ਘੰਟੇ। ਆਗੇ ਸੇ ਅਗਰ ਜਬ ਕੇਰਲਾ ਪੁਲਿਸ ਆਤੀ ਹੈ ਤੋ ਐਸਾ ਹੀ ਆਪਣਾ ਸਹਿਯੋਗ ਰਹੇਗਾ? ਜ਼ਰੂਰ, ਹਮੇਸ਼ਾ 100%, ਕਿਉਂਕਿ ਇਹ ਸਭ ਤੋਂ ਜ਼ਿਆਦਾ ਮੇਰਾ ਜ਼ਰੂਰਤ ਹੈ ਕਿ ਸੱਚਾਈ ਕੋ ਬਾਹਰ ਲਿਆਉਣਾ। ਤੋ ਇਨਵੈਸਟੀਗੇਸ਼ਨ ਆਫਿਸਰਸ ਕੋ ਮਦਦ ਕਰਨਾ, ਉਹਨਾਂ ਦਾ ਪੂਰਾ ਸਹਿਯੋਗ ਦੇਣਾ ਮੇਰਾ ਆਪਣਾ ਫਰਜ਼ ਹੈ, ਮੈਂ ਜ਼ਰੂਰ ਕਰਦਾ ਰਹਾਂਗਾ। ਮੈਂ ਇਨਵੈਸਟੀਗੇਸ਼ਨ ਤੋਂ ਨਹੀਂ ਡਰ ਰਿਹਾ। ਇਨਵੈਸਟੀਗੇਸ਼ਨ 'ਚ ਜੇ ਕੋਈ DNA ਦੀ ਵੀ ਲੋੜ ਪਈ ਕਿ ਤੁਸੀਂ ਤਿਆਰ ਹੋਵੋਗੇ DNA ਲਈ? ਹਰ ਕਿਸਮ ਦਾ ਟੈਸਟ ਦੇ ਲਈ ਤਿਆਰ ਹੈ, ਹਰ ਕਿਸਮ। ਔਰ ਮੈਨੂੰ ਵਿਸ਼ਵਾਸ ਹੈ ਕੁਛ ਨਹੀਂ ਮਿਲੇਗਾ, ਕਿਉਂਕਿ ਹੋਇਆ ਨਹੀਂ ਹੈ। ਜੋ ਕੰਮ ਨਹੀਂ ਹੋਇਆ ਜਬ ਤੱਕ ਹਮ ਆਰਟੀਫਿਸ਼ਲ ਐਵੀਡੈਂਸ ਫੈਬਰੀਕੇਟ ਨਹੀਂ ਕਰੇਗੇ ਤਦ ਤੱਕ ਕੁਛ ਨਹੀਂ ਹੋਗਾ। ਬਿਸ਼ਪ ਮੁਲੱਕਲ ਦਾ ਕਹਿਣਾ ਹੈ ਕਿ ਆਪਣੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਹਰ ਤਰ੍ਹਾਂ ਦਾ
ਟੈਸਟ ਕਲੀਅਰ ਕਰ ਲਓ ਕਿ ਡੀਐਨਏ ਕਰਾਉਣ ਨੂੰ ਵੀ ਤਿਆਰ ਨੇ, ਉਹਨਾਂ ਨੇ ਅੱਜ ਤੱਕ ਇਹੋ ਜਿਹਾ ਕੋਈ ਜਮਾਨਾ ਵਾਲਾ ਕੰਮ ਕਿਸੇ ਨਾਲ ਨਹੀਂ ਕੀਤਾ, ਔਰ ਜਿਹੜਾ ਇਹ ਆਰੋਪ ਲਗਾਏ ਗਏ ਨੇ ਸਰਾਸਰੀ ਕੁਮਾਰ ਦੇ ਖਿਲਾਫ਼ ਇੱਕ ਰਾਜਨੀਤੀ ਹੈ, ਕਿਉਂਕਿ ਉਹਨਾਂ ਨੇ ਇੱਕ ਨੰਦ ਉਸ ਨੰਦ ਦੇ ਖਿਲਾਫ਼ ਇੱਕ ਕੰਪਲੇਂਟ ਦੇ ਉੱਤੇ ਕਾਰਵਾਈ ਕੀਤੀ ਸੀ ਔਰ ਉਸਨੂੰ ਪਨਿਸ਼ ਉਸਨੂੰ ਸਜ਼ਾ ਦਿੱਤੀ ਸੀਗੀ ਉਸਦੇ ਵਿੱਚ, ਤਾਂ ਕਰਕੇ ਬਿਸ਼ਪ ਦੇ ਉੱਤੇ ਆਰੋਪ ਲਗਾਏ ਗਏ ਨੇ ਔਰ ਉਹ ਡੀਐਨਏ ਤੱਕ ਕਰਾਉਣ ਲਈ ਤਿਆਰ ਨੇ ਇਸ ਲਈ। ਚਿਰਾਗ ਸ਼ਰਮਾ, ਅਜੀਤ ਵੈਬ ਟੀਵੀ, ਜਲੰਧਰ।